ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧਿਤ ਸੰਸਥਾ ਵੱਲੋਂ ਇੱਕ ਐਸੇ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਗਿਆ ਸੀ ਜਿਹਦੇ ਵਿੱਚ ਲਗਭਗ 500 ਪਾਰਟੀਸਪੈਂਟਸ ਨੇ ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਐਸੇ ਲਿਖ ਕੇ ਭੇਜੇ ਹਨ। ਇਹਦੇ ਅੱਜ ਰਿਜ਼ਲਟਸ ਅਸੀਂ ਸਰਦਾਰ ਕੁਲਦੀਪ ਸਿੰਘ ਜੀ ਬੱਗਾ ਜਿਨ੍ਹਾਂ ਨੇ ਇਹਦੇ ਵਿੱਚ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹਦੇ ਰਿਜ਼ਲਟਸ ਬਾਰੇ ਸੰਤਾਂ ਨਾਲ ਸਾਂਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਆਓ ਬਣੀਏ ਗੁਰਸਿੱਖ ਪਿਆਰਾਂ ਦੇ ਦਰਸ਼ਕ ਇਹ ਜਾਣ ਕੇ ਜ਼ਰੂਰ ਖੁਸ਼ ਹੋਣਗੇ ਕਿ ਆਪ ਜੀ ਦੇ ਹਰਮਨ ਪਿਆਰੇ ਸਰਦਾਰ ਹਰਜਿੰਦਰ ਸਿੰਘ ਜੀ ਨੇ ਜੋ ਦੱਸਿਆ ਹੈ ਇਸ ਐਸੇ ਕੰਪੀਟੀਸ਼ਨ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਪਾਰਟੀਸਪੈਂਟਸ ਨੇ ਹਿੱਸਾ ਲਿਆ ਹੈ। ਇਹ ਆਪ ਜੀ ਦਾ ਹੀ ਉਪਰਾਲਾ ਹੈ, ਆਪ ਜੀ ਦੇ ਹੀ ਹੌਸਲਾ ਅਫਜ਼ਾਈ ਦੀ ਵਜ੍ਹਾ ਕਰਕੇ ਅਸੀਂ ਇਸ ਥਾਂ ਤੱਕ ਪਹੁੰਚ ਸਕੇ ਹਾਂ ਅਤੇ ਇਹ ਰਿਜ਼ਲਟ ਆਪ ਜੀ ਦੇ ਸਾਹਮਣੇ ਹੈ। ਆਪ ਇਸ ਰਿਜ਼ਲਟ ਨੂੰ ਸਾਡੀ ਵੈਬਸਾਈਟ 'ਤੇ ਵੀ ਦੇਖ ਸਕਦੇ ਹੋ ਅਤੇ ਉਹਦੇ ਵਿੱਚੋਂ ਆਪਣਾ ਪ੍ਰਿੰਟ ਲੈ ਸਕਦੇ ਹੋ। ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਆਪ ਜੀ ਦੀ ਆਪਣੀ ਸੰਸਥਾ ਆਓ ਬਣੀ ਗੁਰਸਿੱਖ ਪਿਆਰਾ ਦੀ ਤਰਫੋਂ ਇੱਕ ਕੰਪੀਟੀਸ਼ਨ, ਪੇਂਟਿੰਗ ਕੰਪੀਟੀਸ਼ਨ ਤਿਆਰ ਕੀਤਾ ਗਿਆ ਹੈ ਜੋ ਕਿ ਗੁਰਬਾਣੀ 'ਤੇ ਆਧਾਰਿਤ ਹੋਵੇਗਾ। ਆਪ ਸਭ ਨੂੰ ਇੱਕ ਰਿਕੁਐਸਟ ਕੀਤੀ ਜਾ ਰਹੀ ਹੈ ਕਿ ਆਪ ਇਹਦੇ ਵਿੱਚ ਪਾਰਟੀਸਪੇਟ ਕਰੋ, ਦੇਸ਼ਾਂ ਵਿਦੇਸ਼ਾਂ 'ਚੋਂ ਜਿੱਥੋਂ ਵੀ ਕਰੋ ਸਾਨੂੰ ਬਹੁਤ ਖੁਸ਼ੀ ਹੋਏਗੀ। ਔਰ ਇਹ ਚੂੰਕਿ ਗੁਰਬਾਣੀ 'ਤੇ ਆਧਾਰਿਤ ਹੋਏਗਾ, ਸਾਡਾ ਓਬਜੈਕਟ ਹੀ ਸਿਰਫ ਗੁਰਬਾਣੀ ਨੂੰ ਪ੍ਰਮੋਟ ਕਰਨਾ ਹੈ। ਇੱਕ ਗੱਲ ਸਰਦਾਰ ਕੁਲਦੀਪ ਸਿੰਘ ਜੀ ਹੋਰ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ ਇਸ ਕੰਪੀਟੀਸ਼ਨ ਦੇ ਸੰਬੰਧਿਤ ਕਿ ਇਹ ਆਪ ਜੀ ਨੇ ਗੁਰਬਾਣੀ ਦੀ ਤੁੱਕ ਜ਼ਰੂਰ ਲਿਖਣੀ ਹੈ, ਜਿਸ ਤਰ੍ਹਾਂ ਦੀ ਪੇਂਟਿੰਗ ਬਣਾਉਣੀ ਹੈ, ਅਤੇ ਇਹਦੀ ਸਾਰੀ ਡਿਟੇਲ ਆਪ ਜੀ ਸਾਡੀ ਵੈਬਸਾਈਟ www.aobanigursikhpyara.org ਤੋਂ ਪ੍ਰਾਪਤ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਸਵਾਗਤ ਹੈ ਸਾਡੇ ਸਾਰੇ ਪਿਆਰੇ ਅਤੇ ਸੂਝਵਾਨ ਦਰਸ਼ਕਾਂ ਦਾ ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 23ਵੇਂ ਸੀਜ਼ਨ ਦੇ 3rd ਐਪੀਸੋਡ ਦੇ ਵਿੱਚ। ਸਾਡੇ ਦਰਸ਼ਕ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਸਾਡੇ ਨਾਲ ਜੁੜਦੇ ਹਨ ਉਹਨਾਂ ਵੱਲੋਂ ਬੜੇ ਹੀ ਮਿੱਠੇ ਅਤੇ ਉਸਾਰੂ ਸੁਝਾਓ ਸਾਨੂੰ ਲਗਾਤਾਰ ਮਿਲਦੇ ਰਹਿੰਦੇ ਹਨ। ਇੱਕ ਗੱਲ ਆਪ ਜੀ ਨਾਲ ਸਾਂਝ ਪਾਈਏ ਕਿ ਜੀਵਨ ਜਿਉਣ ਲਈ ਭੌਤਿਕ ਪਦਾਰਥਾਂ ਦੀ ਲੋੜ ਹੈ, ਉਸ ਲਈ ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨ ਦਾ ਮਾਰਗ ਦੱਸਿਆ ਹੈ, ਪਰ ਇੱਕ ਸੁਚੱਜਾ ਸੂਝਵਾਨ ਆਨੰਦਮਈ ਜੀਵਨ ਜਿਉਣ ਲਈ ਗੁਰੂ ਦੇ ਉਪਦੇਸ਼ ਦੀ ਲੋੜ ਹੈ। ਇਸ ਲਈ ਜਿੱਥੇ ਕਿਰਤ ਕਰਨੀ ਹੈ ਉੱਥੇ ਨਾਲ ਗੁਰੂ ਗਿਆਨ ਦਾ ਆਸਰਾ ਜੀਵਨ ਦੇ ਵਿੱਚ ਹਰ ਵੇਲੇ ਬਣਾਈ ਰੱਖਣਾ ਹੈ। ਬਾਣੀ ਸਾਨੂੰ ਫਰਮਾ ਰਹੀ ਹੈ, ਉੱਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਨ। ਆਨੰਦਮਈ ਜੀਵਨ ਬਣ ਜਾਏਗਾ, ਸੁਚੱਜਾ ਜੀਵਨ ਬਣ ਜਾਏਗਾ ਜੇ ਗੁਰਬਾਣੀ ਦਾ ਆਸਰਾ ਹਰ ਵੇਲੇ ਲਈਏ। ਸੋ ਆਓ ਅੱਜ ਦਾ ਐਪੀਸੋਡ ਅਸੀਂ ਸ਼ੁਰੂ ਕਰ ਰਹੇ ਹਾਂ, ਇਨਵਾਈਟ ਕਰ ਰਹੇ ਹਾਂ ਅੱਜ ਦੇ ਆਪਣੇ ਪਹਿਲੇ ਕੰਟੈਸਟੈਂਟ ਅਰਸ਼ਦੀਪ ਕੌਰ ਜੀ, ਜਿਹੜੇ ਕਿ ਗੋਰਖਪੁਰ ਤੋਂ ਸਾਡੇ ਨਾਲ ਕਨੈਕਟ ਹੋ ਰਹੇ ਹਨ। ਅਰਸ਼ਦੀਪ ਕੌਰ ਜੀ, ਆਪ ਜੀ ਆਪਣੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਰਸ਼ਦੀਪ ਕੌਰ ਫਰੋਮ ਗੋਰਖਪੁਰ ਉੱਤਰ ਪ੍ਰਦੇਸ਼। ਮੈਂ ਕਲਾਸ 10 ਦੀ ਸਟੂਡੈਂਟ ਹਾਂ ਤੇ ਮੇਰੀ ਹੌਬੀ ਕਵਿਤਾ ਲਿਖਣਾ ਹੈ। ਮੈਂ ਵਾਹਿਗੁਰੂ ਜੀ ਦੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰਨ ਦਾ ਲਾਹਾ ਪ੍ਰਾਪਤ ਹੋਇਆ ਤੇ ਇਸ ਪ੍ਰੋਗਰਾਮ ਨਾਲ ਜੁੜ ਕੇ ਮੈਨੂੰ ਸਿੱਖ ਇਤਿਹਾਸ ਬਾਰੇ ਡੀਪ ਨੌਲੇਜ ਮਿਲੀ ਤੇ ਨਾਲ ਹੀ ਮੈਨੂੰ ਸਿੱਖ ਅਚੀਵਰਸ ਬਾਰੇ ਵੀ ਜਾਣਨ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਬਾਰੇ ਜਾਣ ਕੇ ਤੇ ਉਹਨਾਂ ਦੀ ਅਚੀਵਮੈਂਟ ਨੂੰ ਜਾਣ ਕੇ ਮੈਨੂੰ ਆਪਣੀ ਲਾਈਫ ਵਿੱਚ ਅੱਗੇ ਵਧਣ ਲਈ ਇਨਸਪਾਇਰੇਸ਼ਨ ਮਿਲਦੀ ਹੈ। ਅਰਸ਼ਦੀਪ ਕੌਰ ਜੀ, ਤੁਸੀਂ ਦੱਸਿਆ ਕਿ ਤੁਹਾਨੂੰ ਕਵਿਤਾ ਲਿਖਣ ਦਾ ਸ਼ੌਕ ਹੈ, ਤਾਂ ਸਾਡੇ ਦਰਸ਼ਕਾਂ ਨਾਲ ਇੱਕ ਕਵਿਤਾ ਦੀ ਸਾਂਝ ਨਹੀਂ ਪਾਓਗੇ? ਪਲੀਜ਼ ਇੱਕ ਕਵਿਤਾ ਸਾਡੇ ਦਰਸ਼ਕਾਂ ਨੂੰ ਵੀ ਸੁਣਾਓ। ਜ਼ਰੂਰ, ਮੈਂ ਇੱਕ ਕਵਿਤਾ ਆਓ ਬਣੀ ਗੁਰਸਿੱਖ ਪਿਆਰਾ ਉੱਤੇ ਵੀ ਛੋਟੀ ਜੀ ਸੈਲਫ ਕੰਪੋਜ਼ਡ ਕਵਿਤਾ ਲਿਖੀ ਹੈ, ਮੈਂ ਜ਼ਰੂਰ ਸੁਣਾਉਣਾ ਚਾਹਾਂਗੀ। ਬਹੁਤ ਵਧੀਆ। ਸੁਣਿਆ ਏ ਸਮੇਂ ਸਭ ਦਾ ਆਂਦਾ ਏ, ਸਮੇਂ ਸਭ ਨੂੰ ਸਿਖਾਉਂਦਾ ਏ, ਇਹ ਨਾ ਰੁਕਦਾ ਕਿਸੇ ਵਾਸਤੇ, ਪਤਾ ਨਹੀਂ ਚੱਲਦਾ ਕਦ ਆਂਦਾ ਤੇ ਕਦ ਜਾਂਦਾ ਏ। ਸਾਡੇ 7 ਸਾਲਾਂ ਦਾ ਇਹ ਸਫ਼ਰ 2021 'ਚ ਆ ਖੜਿਆ ਏ, ਸਾਡੇ 7 ਸਾਲਾਂ ਦਾ ਇਹ ਸਫ਼ਰ 2021 'ਚ ਆ ਖੜਿਆ ਏ, ਸੱਚੇ ਪਾਤਸ਼ਾਹ ਦੀ ਮਿਹਰ ਏ, ਗੁਰੂਆਂ ਦੀ ਸਿੱਖਿਆ ਨੂੰ ਦੁਨੀਆਂ ਤੱਕ ਪਹੁੰਚਾਉਣ ਦਾ ਜ਼ਰੀਆ ਇਹ ਅਨੋਖਾ ਬਣਿਆ ਏ।
सब दे उत्ते मेहर बनाए रवन सतगुर औंदे समय तक ए उपराला चलदा रवे दुनिया दे वक वक कोनिया तो होर लोका नू गुरु नाल जोड़दा रवे होर लोका नू गुरु नाल जोड़दा रवे होर लोका नू गुरु नाल जोड़दा रवे। बहुत वधिया जी, असि आप जी दे नाल अज कंपीटिशन आरंभ करने जा रहे हैं। पहले मैं आप जी नू रूल्स दसते हैं, ये दो लैवल ते 9 क्वेश्चन टोटल आप जी दे सामने आने हैं। फस्ट लैवल ते 5 क्वेश्चन, सैकेंड लैवल ते 4। फस्ट लैवल ते एक लाइफ लाइन होएगी, जे अगर आप जी नहीं यूज़ करते फस्ट लैवल ते तो सैकेंड लैवल ते भी ले जा सकते हो। सैकेंड लैवल ते 50-50 की एक होर लाइफ लाइन खुल जाएगी। तो पहला क्वेश्चन हूँ आप जी ले, आप जी की स्क्रीन ते आ रहा है। एट हरिद्वार इन विच डायरेक्शन गुरु नानक साहेब जी स्टार्टेड थ्रोइंग वॉटर। हरिद्वार विखे गुरु नानक साहेब जी ने पानी किस दिशा विच सुटना शुरू कर दिता सी। आप जी दे ऑप्शंस ए नॉर्थ, बी साउथ, सी ईस्ट और डी वेस्ट। केड़ी ऑप्शन नाल आप जी जाना चाहोगे? साखी आप जी नू पता है डी वेस्ट। डी वेस्ट ऑप्शन नाल आप जी जाना चाहते हो? देखते हैं जी लॉक करके, कंप्यूटर जी आप जी दे नाल एग्री करते हैं या नहीं। डी ऑप्शन नू लॉक किया जाए जी प्लीज। एंड इट्स ए करेक्ट आंसर, बिल्कुल ठीक जवाब है जी। साखी साढ़े सारे दर्शकों नू भी पता होएगी कि जो लोग हरिद्वार विखे सूरज नू पानी दे रहे सन ईस्ट, गुरु साहब ने वैसट दे के उन्होंने एक ज्ञान की गल सोझी पाई। सो आओ जी वधदे हां। सैकेंड क्वेश्चन हूँ आप जी लई, आप जी की स्क्रीन पर। वट वॉज द नेम ऑफ चीफ ऑफ भाई तारू सिंह जी विलेज? भाई तारू सिंह जी के पिंड के नंबरदार का की नाम से? ऑप्शनस आप जी की स्क्रीन पर। ए जकरिया खान, बी मोमन खान, सी खेमे शाह या डी राय चौधरी। केड़ी ऑप्शन आप जी नू ठीक लगती है? सी खेमे शाह। सी खेमे शाह आप जी कहना चाहते हो तो असी लॉक कर देने हैं, जे आप जी कॉन्फिडेंट हो तो। हाँ जी लॉक कर दो जी। सी ऑप्शन नू लॉक किया जाए जी। एंड इट्स करेक्ट, बिल्कुल ठीक जवाब आ गया जी, बहुत अच्छे। वधांगे जी थर्ड क्वेश्चन वाल। ऑडियो राउंड कंप्लीट दी गुरबानी तुक फ्रॉम भगत कबीर जी श्लोका। भगत कबीर जी दे श्लोकों में अगली गुरबानी तुक पूरी करो। ऑडियो प्ले किया जाए। वीर पाटन ते उजर भला राम भगत जेठाए। हाँ जी आप जी ने सुनी पहली तुक सुनी, अर्शदीप कौर जी मैं एक और बार सुनना चाहूंगी। एक बार सुनाने हैं जी। हाँ जी तुहाडे को लाइफ लाइन जीवित है। राम स्नेही बहारा जमपुर मेरे पाए। राम स्नेही बहारा जमपुर मेरे पाए। अर्शदीप कौर जी देखते हैं कंप्यूटर जी आप जी दे नाल एग्री कर दें या नहीं। और आप जी ने बिल्कुल ठीक उच्चारण कर दिता है। 151 नंबर श्लोक सी भगत कबीर जी का, राम स्नेही बहारा जमपुर मेरे पाए। मनुखता नू एक बहुत सुंदर मैसेज कबीर जी दे रहे हैं। सो वधांगे जी अगला क्वेश्चन लैके। फोर्थ क्वेश्चन ऑफ द गेम। गुरबाणी दी हेठ लिखी तुक विच उजागर होए शब्द दा की अर्थ है? संपद दोल चोल संग चूलत माया मगन प्रमत कुगना। दो लफज दा आप जी ने अर्थ दसना है। आप जी दे ऑप्शंस ए ड्रम्स, बी वेल्थ, सी क्रैडल या डी डमर। किस ऑप्शन नाल आप जी जाना चाहते? सी पंगूड़ा। सी पंगूड़ा हाँ जी। क्रैडल कहना चाहते हो आप जी? सो लॉक करके देखते हैं जी। हाँ जी सी ऑप्शन नू लॉक किया जाए जी। अरे बिल्कुल ठीक जवाब, बहुत अच्छे। संपत दोल चोल संग चूलत माया मगन प्रमत कुगना, मीनस मनुख जेड़ा है ओ संपत्ति ते सारिया दुनियावी सुखां दे विच ही अपना जीवन उस दे पंगूड़े दे विच ही गुजार देंदा है।
ਵਧਾਂਗੇ ਜੀ ਅਗਲਾ ਕੁਐਸਚਨ ਫਿਫਥ ਕੁਐਸਚਨ ਲੈਵਲ 1 ਦਾ ਲਾਸਟ ਕੁਐਸਚਨ ਆਪ ਜੀ ਲਈ ਹੁਣ ਆ ਰਿਹਾ ਹੈ ਆਪ ਜੀ ਦੀ ਸਕਰੀਨ ਤੇ ਵਿਜ਼ੂਅਲ ਰਾਊਂਡ ਆਈਡੈਂਟੀਫਾਈ ਦਾ ਫੀਮੇਲ ਸਿੱਖ ਅਚੀਵਰ ਮਹਿਲਾ ਸਿੱਖ ਅਚੀਵਰ ਦੀ ਪਛਾਣ ਕਰੋ ਇਮੇਜ ਆਪ ਜੀ ਦੀ ਸਕਰੀਨ ਤੇ ਇਮੇਜ ਆਪ ਜੀ ਨੇ ਦੇਖੀ ਆਪਸ਼ਨਸ ਆਪ ਜੀ ਦੇ ਸਾਹਮਣੇ ਏ ਸ਼ਰਨ ਕੌਰ ਬੀ ਹਰਮਨ ਕੌਰ ਸੀ ਲਿਵ ਕੌਰ ਜਾਂ ਡੀ ਲਿਵ ਲੀਨ ਕੌਰ ਏ ਸ਼ਰਨ ਕੌਰ ਕੌਨਫੀਡੈਂਟ ਹੋ ਹਾਂਜੀ ਆਪ ਜੀ ਦੀ ਲਾਈਫ ਲਾਈਨ ਜੀਵਿਤ ਹੈ ਮੈਂ ਸਿੰਸੀਅਰ ਐਡਵਾਈਸ ਆਪ ਜੀ ਨੂੰ ਦਿਆਂਗਾ ਨਹੀਂ ਜੀ ਮੈਨੂੰ ਏ ਸ਼ਰਨ ਕੌਰ ਨਾਲ ਜਾਣਾ ਹੈ ਸ਼ਰਨ ਕੌਰ ਕੌਨਫੀਡੈਂਟ ਹੋ ਸਾਨੂੰ ਬੜੀ ਖੁਸ਼ੀ ਹੈ ਅਸੀਂ ਏ ਨੂੰ ਲੌਕ ਕਰਦੇ ਹਾਂ ਜੀ ਏ ਨੂੰ ਲੌਕ ਕਰਕੇ ਦੱਸਿਆ ਜਾਵੇ ਜੀ ਅਰਸ਼ਦੀਪ ਕੌਰ ਜੀ ਦਾ ਜਵਾਬ ਬਿਲਕੁਲ ਠੀਕ ਆ ਗਿਆ ਹੈ ਬਹੁਤ ਬਹੁਤ ਮੁਬਾਰਕਾਂ ਸਾਡੀ ਸਾਰੀ ਟੀਮ ਸਾਡੇ ਸਪੋਂਸਰਸ ਵੱਲੋਂ ਆਪ ਜੀ ਨੇ ਲੈਵਲ 1 ਕ੍ਰਾਸ ਕਰ ਲਿਆ ਹੈ ਔਰ ਅਸੀਂ ਲੈਵਲ 2 ਦੇ ਵਿੱਚ ਮੈਂ ਇਸ ਤੋਂ ਪਹਿਲੇ ਆਪ ਜੀ ਨਾਲ ਸਾਂਝ ਪਾ ਲਾਂ ਆਪਣੇ ਸਾਰੇ ਦਰਸ਼ਕਾਂ ਨਾਲ ਐਂਡ ਅੰਮ੍ਰਿਤਧਾਰੀ ਸਿੰਘ ਨੀ ਬਾਏ ਪ੍ਰੋਫੈਸ਼ਨ ਸ਼ੀ ਇਜ਼ ਐਨ ਅਕਾਊਂਟੈਂਟ ਐਂਡ ਆਲਸੋ ਹੈਵ ਡਨ ਮਾਡਲਿੰਗ ਫੋਰ ਏ ਫਰੈਂਚ ਬ੍ਰਾਂਡ ਇਨ ਪੈਰਿਸ ਸ਼ੀ ਹੈਜ਼ ਵੋਨ ਦ ਸਟਾਰ ਫੋਰ 5 ਈਅਰਸ ਦਰਸ਼ਕੋ ਅਸੀਂ ਇੱਥੇ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ ਬ੍ਰੇਕ ਦੇ ਵਿੱਚ ਆਪ ਜੀ ਲਈ ਆਡੀਅੰਸ ਕੁਐਸਚਨ ਆ ਰਿਹਾ ਉਹਦਾ ਜਵਾਬ ਆਪਣੀ ਫੋਟੋ ਆਪਣੇ ਸਿਟੀ ਨੇਮ ਔਰ ਆਪਣੇ ਨੇਮ ਦੇ ਨਾਲ ਸਾਨੂੰ ਲਿਖ ਭੇਜੋ ਪਹਿਲੇ 15 ਕੰਟੈਸਟੈਂਟ ਜਿਨ੍ਹਾਂ ਦੇ ਜਵਾਬ ਠੀਕ ਹੋਣਗੇ ਉਹਨਾਂ ਦੀ ਫੋਟੋ ਨੈਕਸਟ ਐਪੀਸੋਡ ਦੇ ਵਿੱਚ ਅਸੀਂ ਆਪ ਜੀ ਨੂੰ ਦਿਖਾਵਾਂਗੇ ਕਿਧਰੇ ਜਾਇਓ ਨਾ ਛੇਤੀ ਮੇਰੇ ਕੋ ਐਂਕਰ ਸਰਦਾਰ ਕੁਲਮੋਹਨ ਸਿੰਘ ਜੀ ਆਪ ਜੀ ਦੇ ਨਾਲ ਫਿਰ ਰੂਬਰੂ ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ ਤੇ ਕੌਨਫੀਡੈਂਸ ਮਿਲਦਾ ਸਿਮਕੋ ਤੋਂ ਸਿਮਕੋ ਸੁਪਰੀਮ ਹੇਅਰ ਫਿਕਸਰ ਸਿਮਕੋ ਕਲਾਸਿਕ ਹੇਅਰ ਫਿਕਸਰ ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪਾਨ ਸਿਮਕੋ Sameer! Wow! Just point and move! Specialist LED TV. Smart features ke saath. Be mehenga hoga. Khud dekh le. Hey! Behtareen picture, stylish design, 3 saal ki warranty. Viber, the LED TV specialist. When it's about style, it's Simcoe. Simcoe Swift Power Hairspray in Mega Strong, System Professional and Ultra Strong. Simcoe Swift Power Hairspray. Style begins with it. Sadi Maa Boli Punjabi Pad Punjabi Likh Punjabi Gairat Manda Bol Punjabi ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੁਡੇਜ਼ ਆਡੀਅੰਸ ਕੁਐਸਚਨ ਇਜ਼ ਟੂ ਹੂਮ ਡਿਡ ਨੀਰਜ ਚੋਪੜਾ ਦੀ ਓਲੰਪਿਕ 2020 ਜੈਵਲਿਨ ਥਰੋ ਗੋਲਡ ਮੈਡਲਿਸਟ ਹੈਜ਼ ਡੈਡੀਕੇਟਿਡ ਹਿਸ ਵਿਕਟਰੀ ਆਪ ਜੀ ਆਪਣੇ ਜਵਾਬ ਸਕਰੀਨ 'ਤੇ ਲਿਖੇ ਪ੍ਰੋਸੀਜਰ ਅਨੁਸਾਰ ਸਾਨੂੰ ਭੇਜ ਸਕਦੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ ਬ੍ਰੇਕ ਤੋਂ ਪਹਿਲਾਂ ਮੇਰੇ ਕੋਲ ਐਂਕਰ ਵੀਰ ਹਰਜਿੰਦਰ ਸਿੰਘ ਜੀ ਇਸ ਪ੍ਰਤੀਯੋਗਤਾ ਦੇ ਵਿੱਚ ਅਰਸ਼ਦੀਪ ਕੌਰ ਜੀ ਦੇ ਨਾਲ ਇਸ ਪ੍ਰਤੀਯੋਗਤਾ ਨੂੰ ਚਲਾ ਰਹੇ ਸਨ ਸੋ ਹੁਣ ਅਗਲੇ ਪ੍ਰਸ਼ਨਾਂ ਵੱਲ ਤੁਰਾਂਗੇ ਅਰਸ਼ਦੀਪ ਕੌਰ ਜੀ ਦੇ ਨਾਲ ਅਰਸ਼ਦੀਪ ਕੌਰ ਜੀ ਅਸੀਂ ਪ੍ਰਸ਼ਨਾਂ ਲਈ ਤਿਆਰ ਹਾਂ ਜੀ ਹਾਂਜੀ ਸੋ ਅਗਲਾ ਪ੍ਰਸ਼ਨ ਕਿਉਂਕਿ ਹੁਣ ਆਪ ਜੀ
इस प्रतियोगिता विच अगे वधियो और हुण तुहानू जिहड़ा है 50-50 दी लाइफलाइन भी मिल चुकी है और समा 60 सैकेंड का हो गया। सो अगला प्रश्न आप जी दी स्क्रीन ते आ रहा है। तो अर्शदीप कौर जी, अगला प्रश्न तुहाडी स्क्रीन ते। गुरु तेग बहादुर साहिब जी ने भाई नामदेव जी नूं की नां दिता जो जल दी सेवा करदे सन? तुहाडियां ऑप्शनस ने भाई मीर जी, बी भाई पीर जी, सी भाई मीहा जी, डी भाई शाह जी। सी भाई मीहा जी। सी ऑप्शन नूं लॉक करदे हां, फिर देखदे हां कि तुहाडा उत्तर ठीक है कि नहीं। उत्तर बिल्कुल ठीक है भाई मीहा जी, इज द राइट आंसर और तुम बिल्कुल ठीक जवाब दिता। सो अगला प्रश्न, सत्तवा प्रश्न आप जी दी स्क्रीन पे। यूएसए विच सिख इतिहास से अमीर विरासत की बात पाउंदी है, एक सिख आर्ट गैलरी बनाई गई है, ये केड़ी जगह पर स्थित है? तुहाडियां ऑप्शन ने हार्टफोर्ड, बी रोडदीप, सी क्रिटिकट, डी न्यू हैवे। तो केड़ी ऑप्शन लगाना चाहोगे? सी कनेक्टिकट। सी ऑप्शन लॉक करके देख दें, थोड़ा उत्तर ठीक है। बिल्कुल ठीक उत्तर तुसे दिता है, पूरी तैयारी की है, लग रहा है कि भाई पूरे जोर शोर न के और अज अवार्ड जीत के जाना ही जाना। सो तुसी बहुत नेड़े पहुंच गए, दो प्रश्न नेड़े ने। सो हो सकता है कि तुसी तो अवार्ड जीत के जाओ। सो अगला प्रश्न आप जी की स्क्रीन पर आ रहा है, जी है आप जी क्लिप सुनाई जानी है, हजूरी रागी साहब की पहचान करनी है। हम कीर्तन की ऑडियो आप सुनो और पहचान करो ये केड़े रागी साहब की आवाज है। तेरा किया मीठा लागे, तेरा किया मीठा लागे, तेरा किया ਤੁਹਾਡੀਆਂ ਆਪਸ਼ਨਸ ਨੇ ਆਪਸ਼ਨ ਏ ਭਾਈ ਗੁਰਬੇਲ ਸਿੰਘ ਜੀ, ਬੀ ਭਾਈ ਹਰਨਾਮ ਸਿੰਘ ਜੀ, ਸੀ ਭਾਈ ਕਰਨੈਲ ਸਿੰਘ ਜੀ, ਡੀ ਭਾਈ ਸਰਬਜੀਤ ਸਿੰਘ। ਮੈਨੂੰ ਇਹਦੇ ਥੋੜੀ ਜਿਹੀ ਕਨਫਿਊਜ਼ਨ ਹੈ, ਮੈਂ ਲਾਈਫਲਾਈਨ ਲੈਣਾ ਚਾਹੁੰਦੀ। ਦੱਸੋ ਕਿਹੜੀ ਲਾਈਫਲਾਈਨ ਲੈਣਾ ਚਾਹੋਗੇ? ਐਕਸਪਰਟ ਐਡਵਾਈਸ। ਐਕਸਪਰਟ ਐਡਵਾਈਸ ਲੈਣਾ ਚਾਹੋਗੇ? ਸੋ ਐਕਸਪਰਟ ਐਡਵਾਈਸ ਵਾਸਤੇ ਸਾਡੇ ਨਾਲ ਅੱਜ ਸਰਦਾਰਨੀ ਸੁੰਦਰਪਾਲ ਕੌਰ ਜੀ ਰਾਜਸਥਾਨ ਸੀ, ਜਿਹੜੇ ਕਿ ਬ੍ਰਮਟਨ ਟੋਰਾਂਟੋ ਤੋਂ ਸਾਡੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਸੁੰਦਰਪਾਲ ਕੌਰ ਜੀ, ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰੋ ਕਿ ਇਸ ਦਾ ਰਾਈਟ ਆਂਸਰ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਅਨੁਸਾਰ ਆਪ ਜੀ ਨੂੰ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਵਾਲੀ ਆਪਸ਼ਨ ਨਾਲ ਜਾਣਾ ਚਾਹੀਦਾ ਹੈ ਜੀ। ਸੋ ਮੇਰੀ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਆਪ ਇਸ ਪ੍ਰੋਗਰਾਮ ਆਓ ਬਣੀਏ ਗੁਰਸਿੱਖ ਪਿਆਰਾ ਵਿੱਚੋਂ ਜਿੱਤ ਕੇ ਜਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰਨੀ ਸੁੰਦਰਪਾਲ ਕੌਰ ਜੀ ਰਾਜਸਥਾਨ ਸੀ ਕਹਿ ਰਹੇ ਨੇ ਕਿ ਇਹਦਾ ਰਾਈਟ ਆਂਸਰ ਹੈ ਭਾਈ ਹਰਨਾਮ ਸਿੰਘ ਜੀ। ਕੀ ਆਪ ਜੀ ਉਹਨਾਂ ਨਾਲ ਜਾਣਾ ਚਾਹੋਗੇ? ਹਾਂਜੀ। ਤੋ ਬਹੁਤ ਬਹੁਤ ਧੰਨਵਾਦ ਸਰਾਰੀ ਸਾਹਿਬ ਆਪ ਜੀ ਦਾ, ਆਪ ਜੀ ਨੇ ਬ੍ਰਮਟਨ ਕੈਨੇਡਾ ਤੋਂ ਸਾਡੇ ਨਾਲ ਜੁੜ ਕੇ ਇਸ ਪ੍ਰਤੀਯੋਗੀ ਨੂੰ ਅੱਗੇ ਵਧਾਇਆ ਹੈ ਔਰ ਇਸ ਪ੍ਰਤੀਯੋਗੀ ਅਰਸ਼ਦੀਪ ਕੌਰ ਜੀ ਜਿਹੜੇ ਕਿ ਤੁਹਾਨੂੰ ਤੁਹਾਡਾ ਧੰਨਵਾਦ ਕਰ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ। ਤੋ ਅੱਗੇ ਵਧਾਂਗੇ ਆਪ ਜੀ ਦੇ ਲਈ ਨੌਵਾਂ ਪ੍ਰਸ਼ਨ, ਯਾਨੀ ਕਿ ਆਖਰੀ ਪ੍ਰਸ਼ਨ ਇਸ ਪ੍ਰਤੀਯੋਗਤਾ ਦਾ। ਤੋ ਅਰਸ਼ਦੀਪ ਕੌਰ ਜੀ, ਤੁਸੀਂ ਇਸ ਪ੍ਰਤੀਯੋਗਤਾ ਦੇ ਆਖਰੀ ਪ੍ਰਸ਼ਨ ਦੇ ਕੋਲ ਪਹੁੰਚ ਗਏ ਔਰ ਕੈਸਾ ਮਹਿਸੂਸ ਹੋ ਰਿਹਾ ਹੈ? ਕਿਉਂਕਿ ਸਾਡੇ ਦੁਨੀਆਂ ਭਰ 'ਚ ਬੈਠੇ ਵਿਊਰਸ ਇਸ ਵੇਲੇ ਉਹਨਾਂ ਦੀਆਂ ਧੜਕਣਾਂ ਵੀ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਕਿ ਇੱਥੋਂ ਦੀ ਅਰਸ਼ਦੀਪ ਕੌਰ ਅਵਾਰਡ ਜਿੱਤ ਕੇ ਜਾਂਦੇ ਨੇ ਕਿ ਨਹੀਂ ਜਾਂਦੇ। ਤੁਹਾਨੂੰ ਕੈਸਾ ਮਹਿਸੂਸ ਹੋ ਰਿਹਾ ਆਪਣੇ ਆਪ ਦੇ ਅੰਦਰ? ਮੈਨੂੰ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਕਿ ਮੈਂ 8ਵੇਂ ਪ੍ਰਸ਼ਨ ਤੱਕ ਪਹੁੰਚ ਗਈ ਹਾਂ, ਅਤੇ ਥੋੜ੍ਹੀ ਘਬਰਾਹਟ ਵੀ ਹੈ ਕਿ ਮੈਨੂੰ ਇੱਕ ਆਖਰੀ ਪ੍ਰਸ਼ਨ ਬਾਕੀ ਹੈ, ਅਤੇ ਨਾਲ ਹੀ ਮੈਂ ਵਾਹਿਗੁਰੂ ਜੀ ਦੀ ਸ਼ੁਕਰ ਗੁਜ਼ਾਰ ਹਾਂ ਕਿ ਮੈਨੂੰ ਇੱਥੇ ਤੱਕ ਪਹੁੰਚਣ ਵਿੱਚ ਉਹਨਾਂ ਨੇ ਇੰਨੀ ਸਹਾਇਤਾ ਕੀਤੀ। ਸੋ ਗੁਰੂ ਕਾ ਸਿੱਖ ਉਹੀ ਹੈ ਜਿਹੜਾ ਗੁਰੂ ਦਾ ਸ਼ੁਕਰਾਨਾ ਕਰੇ, ਉਹਦਾ ਧੰਨਵਾਦ ਕਰੇ ਔਰ ਨਤੀਜੇ ਸਤਿਗੁਰਾਂ ਦੇ ਆਪਣੇ ਹੱਥ ਵਿੱਚ ਨੇ। ਤੁਹਾਡੀ ਮਿਹਨਤ ਸਦਕਾ ਗੁਰੂ ਕਿਰਪਾ ਕਰੇ ਤੁਹਾਨੂੰ ਅਵਾਰਡ ਮਿਲੇ, ਸਾਡੀ ਇਹ ਤੁਹਾਡੀਆਂ ਸ਼ੁਭਕਾਮਨਾਵਾਂ ਨੇ। ਸੋ ਅਗਲਾ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ। ਜਨਵਰੀ 1967 UK ਵਿੱਚ ਸਭ ਤੋਂ ਪਹਿਲਾਂ ਨਗਰ ਕੀਰਤਨ ਗ੍ਰੀਨ ਗੁਰਦੁਆਰੇ ਤੋਂ ਹੈਵਲਕ ਰੋਡ ਗੁਰਦੁਆਰੇ ਤੱਕ ਕਿੱਥੇ ਹੋਇਆ ਸੀ?
ਤੁਹਾਡੀਆਂ ਆਪਸ਼ਨਸ ਨੇ ਬਰਮਿੰਗਮ, ਬੀ ਸਕਾਟਲੈਂਡ, ਸੀ ਸਰੀ, ਡੀ ਸਾਊਥ ਹਾਰਨ। ਤੁਸੀਂ ਦੱਸਣਾ ਕਿ ਉਹ ਜਗ੍ਹਾ ਕਿਹੜੀ ਸੀ। ਮੈਂ ਲਾਈਫਲਾਈਨ ਲੈਣਾ ਚਾਹਾਂਗੀ। ਲਾਈਫਲਾਈਨ ਲੈਣਾ ਚਾਹੋ ਤੋ ਲਾਈਫਲਾਈਨ ਤੁਹਾਡੀ ਬਚਦੀ ਹੈ 50-50। ਤੋ ਦੋ ਪ੍ਰਸ਼ਨ ਦੇ ਵਿੱਚੋਂ ਦੋ ਆਂਸਰ ਢਾਏ ਜਾ ਰਹੇ ਨੇ, ਦੇਖਦੇ ਹਾਂ ਕਿ ਬਾਕੀ ਦੇ ਦੋ ਵਿੱਚ ਤੁਸੀਂ ਠੀਕ ਉੱਤਰ ਨੂੰ ਲੱਭ ਪਾਉਂਦੇ ਹੋ ਕਿ ਨਹੀਂ ਲੱਭ ਪਾਉਂਦੇ। ਸੋ ਅਰਸ਼ਦੀਪ ਕੌਰ ਜੀ, ਤੁਹਾਡੇ ਕੋਲ ਦੋ ਆਪਸ਼ਨ ਹੈ ਨੇ, ਬੀ ਸਕਾਟਲੈਂਡ ਔਰ ਡੀ ਸਾਊਥ ਹਾਰਨ। ਆਪ ਦੱਸੋਗੇ ਇਹਦੇ ਵਿੱਚੋਂ ਕਿਹਦੇ ਨਾਲ ਜਾਣਾ ਚਾਹੋਗੇ? ਡੀ ਸਾਊਥ ਹਾਰਨ। ਡੀ ਸਾਊਥ ਹਾਰਨ। ਤੋ ਸਾਊਥ ਹਾਰਨ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਤੁਸੀਂ ਇੱਥੋਂ ਟਾਈਟਲ ਜਿੱਤ ਕੇ ਜਾ ਰਹੇ ਹੋ ਕਿ ਨਹੀਂ ਜਿੱਤ ਕੇ ਜਾ ਰਹੇ। ਦ ਰਾਈਟ ਆਂਸਰ, ਸਾਊਥ ਹਾਲ ਤੋਂ ਜਿਹੜਾ ਇਲਾਕਾ ਹੈ, ਇੱਥੋਂ ਹੀ ਜਿਹੜਾ ਹੈ ਗ੍ਰੀਨ ਗੁਰਦੁਆਰੇ ਵਾਲਾ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਸੀ, ਬਿਲਕੁਲ ਠੀਕ ਹੈ। ਔਰ ਤੁਹਾਨੂੰ ਜਿਹੜਾ ਹੈ ਅੱਜ ਅਸੀਂ ਮੁਬਾਰਕਬਾਦ ਦੇ ਰਹੇ ਹਾਂ ਕਿ ਜਿਹੜੀ ਤੁਹਾਡੀ ਘਬਰਾਹਟ ਸੀ ਕਿ ਪਤਾ ਨਹੀਂ ਮੈਂ ਦੇ ਪਾਵਾਂਗੀ ਕਿ ਆਂਸਰ ਨਹੀਂ ਦੇ ਪਾਵਾਂਗੀ, ਤੁਸੀਂ ਆਂਸਰ ਦੇ ਦਿੱਤਾ ਔਰ ਤੁਸੀਂ ਇੱਥੋਂ ਦੀ ਆਓ ਬਣੀਏ ਗੁਰਸਿੱਖ ਪਿਆਰਾਂ ਦਾ ਟਾਈਟਲ ਜਿੱਤ ਕੇ ਜਾ ਰਹੇ ਹੋ। ਬਹੁਤ ਬਹੁਤ ਮੁਬਾਰਕ ਹੋਏ। ਕੈਸਾ ਮਹਿਸੂਸ ਹੋ ਰਿਹਾ ਸੋਨੀ? ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਉਹਨੇ ਵੀ ਮੈਂ ਵਾਹਿਗੁਰੂ ਜੀ ਦਾ ਹੀ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਔਰ ਮੇਰੀ ਇੰਨੀ ਮੇਰੀ ਮਿਹਨਤ ਵੀ ਸੀ ਤੇ ਉਹਨਾਂ ਦੀ ਆਸ਼ੀਰਵਾਦ ਵੀ ਸੀ ਮੇਰੇ ਨਾਲ। ਬਹੁਤ ਬਹੁਤ ਅਸੀਂ ਉਹਦਾ ਸ਼ੁਕਰਾਨਾ ਕਰਨੇ ਹਾਂ ਅਕਾਲ ਪੁਰਖ ਦਾ। ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਟੀਮ ਨੂੰ ਕਿ ਜਦੋਂ ਕੋਈ ਪ੍ਰਤੀਯੋਗੀ ਇੱਥੋਂ ਦੀ ਅਵਾਰਡ ਜਿੱਤ ਕੇ ਜਾਂਦਾ ਹੈ ਔਰ ਇਸ ਤਰ੍ਹਾਂ ਸਾਨੂੰ ਵੀ ਮਹਿਸੂਸ ਹੁੰਦਾ ਕਿ ਹਾਂ ਇਸ ਪ੍ਰਤੀਯੋਗੀ ਨੇ ਮਿਹਨਤ ਕੀਤੀ ਹੈ ਔਰ ਇੱਥੋਂ ਦੀ ਅਵਾਰਡ ਜਿਹੜੇ ਨੇ ਇਹ ਸਿਰਫ ਸੰਕੇਤ ਮਾਤਰ ਨੇ। ਗੱਲ ਤੇ ਹੈ ਕਿ ਤੁਸੀਂ ਵਿਰਸੇ ਨਾਲ, ਆਪਣੇ ਧਰਮ ਦੇ ਨਾਲ, ਆਪਣੀ ਬਾਣੀ ਦੇ ਨਾਲ ਜੁੜਦੇ ਪਏ ਹੋ, ਆਪਣੇ ਇਤਿਹਾਸ ਨਾਲ ਜੁੜਦੇ ਪਏ ਹੋ। ਬਹੁਤ ਅੱਛਾ ਲੱਗਾ, ਤੁਹਾਡੀ ਕਵਿਤਾਵਾਂ ਵੀ ਸੁਣੀਆਂ ਨੇ। ਮੈਨੂੰ ਆਸ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਅੰਦਰ ਚੰਗੀ ਕਵਿਤਰੀ ਔਰ ਚੰਗੇ ਇਤਿਹਾਸ ਦਾ ਕੰਮ ਕਰ ਸਕੋਗੇ। ਸੋ ਸਾਡੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਸੋ ਹੁਣ ਮੈਂ ਬੇਨਤੀ ਕਰਾਂਗਾ ਤੁਹਾਨੂੰ ਪਿਆਰ ਅਤੇ ਸਤਿਕਾਰ ਦੇਣ ਵਾਸਤੇ, ਆਪ ਜੀ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਸਤੇ ਸਰਦਾਰ ਕਮਰਦੀਪ ਸਿੰਘ ਜੀ ਬੱਗਾ, ਜਿਹੜੇ ਕਿ ਸਿਮਕੋ ਗਰੁੱਪ ਦੇ ਨਾਲ ਆਪਣੀ ਸੇਵਾਵਾਂ ਦਿੰਦੇ ਨੇ, ਉਹ ਆਪ ਜੀ ਨੂੰ ਖੁਸ਼ੀ ਮਹਿਸੂਸ ਕਰ ਰਹੇ ਨੇ ਆਪ ਜੀ ਨੂੰ ਪਿਆਰ ਅਤੇ ਸਤਿਕਾਰ ਦੇ ਕੇ। ਔਰ ਇਹ ਜਿਹੜਾ ਪਿਆਰ ਸਤਿਕਾਰ ਹੈ ਸਿਮਕੋ ਵੱਲੋਂ, ਫਰੈਬੋ ਵੱਲੋਂ ਔਰ ਵਾਈਬਰ ਟੀਵੀ ਵੱਲੋਂ ਦਿੱਤਾ ਜਾ ਰਿਹਾ ਔਰ ਆਪਣੀ ਟੀਮ ਵੱਲੋਂ ਮੈਂ ਬੇਨਤੀ ਕਰਨ ਜਾ ਰਿਹਾ। ਸਾਡੀ ਟੀਮ ਦੇ ਕੋਰ ਮੈਂਬਰ ਨੇ ਸਾਹਿਬ ਬਲਦੇਵ ਸਿੰਘ ਜੀ, ਉਹ ਆਪ ਜੀ ਨੂੰ ਪਿਆਰ ਅਤੇ ਸਤਿਕਾਰ ਦੇਣਗੇ ਔਰ ਮੈਨੂੰ ਆਸ ਹੈ ਕਿ ਤੁਸੀਂ ਇਸ ਤਰ੍ਹਾਂ ਹੀ ਮਿਹਨਤ ਕਰਦੇ ਰਹੋਗੇ ਔਰ ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਆਓ ਬਣੀਏ ਗੁਰਸਿੱਖ ਪਿਆਰ ਦਾ ਅੰਬੈਸਡਰ ਬਣ ਕੇ ਬਾਕੀਆਂ ਨੂੰ ਵੀ ਨਾਲ ਜੋੜੋਗੇ। ਬਹੁਤ ਬਹੁਤ ਧੰਨਵਾਦ ਔਰ ਮੁਬਾਰਕਬਾਦ। ਦਰਸ਼ਕੋ, ਅੱਜ ਦਾ ਐਪੀਸੋਡ ਅਸੀਂ ਇੱਥੇ ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਆਪ ਜੀ ਨੂੰ ਫਿਰ ਮਿਲਾਂਗੇ ਐਸੇ ਚੈਨਲ 'ਤੇ। ਅੱਜ ਤੱਕ ਦੇ ਸਾਰੇ ਐਪੀਸੋਡ ਸਾਡੇ ਯੂਟਿਊਬ 'ਤੇ ਅਵੇਲੇਬਲ ਨੇ, ਆਪ ਜੀ ਉਹਨਾਂ 'ਤੇ ਜਾ ਸਕਦੇ ਹੋ, ਸਾਡੀ ਵੈਬਸਾਈਟ 'ਤੇ ਜਾਓ ਔਰ ਨਾਲ ਹੀ ਸਮੇਂ ਸਮੇਂ 'ਤੇ ਸਾਡੇ ਹੁੰਦੇ ਹੋਏ ਸਾਡੇ ਜ਼ੂਮ ਦੇ ਉੱਤੇ ਪ੍ਰੋਗਰਾਮ ਦੇ ਅੰਦਰ ਹਿੱਸਾ ਲਵੋ ਔਰ ਤੁਸੀਂ ਬਹੁਤ ਸਿੱਧਾ ਰਸਤਾ ਪ੍ਰਾਪਤ ਕਰ ਸਕਦੇ ਹੋ ਆਓ ਬਣੀਏ ਗੁਰਸਿੱਖ ਪਿਆਰ ਦੇ ਅੰਦਰ ਸ਼ਾਮਿਲ ਹੋਣ ਦਾ। ਸੋ ਦੇਖਣਾ ਨਾ ਭੁੱਲਣਾ ਅਗਲੇ ਹਫ਼ਤੇ ਆਓ ਬਣੀਏ ਗੁਰਸਿੱਖ ਪਿਆਰਾ ਦਾ ਨਵਾਂ ਐਪੀਸੋਡ ਜੋ ਆਪ ਜੀ ਲਈ ਅਸੀਂ ਲੈ ਕੇ ਆਵਾਂਗੇ। ਤਦ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।